ਇਸ ਟਾਈਮ ਤੁਹਾਡੇ ਪਾਕਿਸਤਾਨ ਦੀ ਜਿਹੜੀ ਇੱਕ ਫਿਲਮ ਇੰਡਸਟਰੀ ਹੈ ਜਾਂ ਟੀਵੀ ਇੰਡਸਟਰੀ ਹੈ ਜਾਂ ਥੀਏਟਰ ਇੰਡਸਟਰੀ ਹੈ, ਇਹਦੇ ਅਗਰ ਬਾਹਰ ਦੀਆਂ ਕੰਟਰੀਆਂ 'ਚ ਕੋਈ ਫੇਮ ਐਕਟਰ ਨੇ ਤਾਂ ਉਹ ਸਿਰਫ ਸਟੇਜ ਦੇ ਐਕਟਰ ਨੇ, ਉਹ ਥੀਏਟਰ ਦੇ ਐਕਟਰ ਨੇ। ਅਸੀਂ ਮਨਿੰਦਰ ਗਿੱਲ ਨੇ ਆਪਣਾ ਇੱਕ ਐਲਬਮ ਰਿਲੀਜ਼ ਕਰਨਾ ਸੀ, ਉਹਦੇ 'ਚ ਉਹਨੇ ਦੋ ਤਿੰਨ ਨਾਂ ਲੈ ਕੇ ਇਹ ਪਾਕਿਸਤਾਨ ਨੂੰ ਇਹ ਮਾਡਲ ਮੈਨੂੰ ਚਾਹੀਦੇ ਨੇ। ਇੱਕ ਅੱਧੇ ਨੂੰ ਅਸੀਂ ਫੋਨ ਕੀਤਾ, ਉਹਨੇ ਕਿਹਾ ਜੀ ਮੈਂ ਕਿਸੇ ਦੇ ਗਾਣੇ 'ਤੇ ਪਰਫੋਰਮੈਂਸ ਨਹੀਂ ਕਰਨਾ, ਮੈਂ ਆਪਣਾ ਗਾਣਾ ਗਾਣਾ। ਅਸੀਂ ਆਪਣੇ ਦੋ ਤਿੰਨ ਸੁਪਰ ਸਟਾਰ ਫਿਲਮਾਂ ਦੇ ਉਹਨਾਂ ਦੀਆਂ ਤਸਵੀਰਾਂ ਕੱਢ ਕੱਢ ਵਹਾ ਰਹੇ, ਤੋਂ ਕਹਿ ਰਿਹਾ ਕੌਣ ਨੇ, ਅਸੀਂ ਉਹਨਾਂ ਦੇ ਗਾਣੇ ਕੱਢ ਕੱਢ ਵਹਾ ਰਹੇ, ਟੇਲਰ ਕੱਢ ਕੱਢ ਕੇ ਵਹਾ ਰਹੇ ਕਿ ਸਾਡੇ ਭਰਾ ਨੇ, ਤਾਂ ਇਹਨਾਂ ਨੂੰ ਤੁਸੀਂ ਐਜ਼ ਏ ਮਾਡਲ ਲੈ ਦਿਓ, ਕਹਿ ਰਹੇ ਕੌਣ ਨੇ। ਸਾਡੇ ਪਿੱਛੇ ਇੱਕ ਟੀਵੀ ਦੇ ਐਕਟਰ ਨੂੰ ਉਹਨਾਂ ਨੇ ਕਿਹਾ ਕਿ ਫਿਲਮ ਕਰਨੀ ਹੈ, ਅਤੇ ਜਦੋਂ ਪੇਮੈਂਟ ਦੱਸੀ ਤਾਂ ਉਹ ਮੈਨੂੰ ਪੇਮੈਂਟ ਦੱਸੀ ਨਾ, ਉਹਨਾਂ ਨੇ ਕਿ ਯਾਰ ਮੈਨੂੰ ਉਹਨਾਂ ਨੇ ਇਹ ਪੇਮੈਂਟ ਦਾ ਕਿਹਾ, ਅਤੇ ਮੈਨੂੰ ਨਾ ਬੜਾ ਜ਼ਾਤੀ ਤੌਰ 'ਤੇ ਦੁੱਖ ਹੋਇਆ। ਮੈਂ ਚੁੱਕ ਉਹਨਾਂ ਨੂੰ ਫੋਨ, ਮੈਂ ਕਿਹਾ ਲੈਜੈਂਡ ਹੈ ਪਾਕਿਸਤਾਨ ਦਾ ਅਤੇ ਤੁਸੀਂ ਇੰਨੇ ਕੁ ਪੈਸੇ ਉਹਨੂੰ ਕਹਿ ਰਹੇ ਹੋ? ਉਹ ਕਹਿੰਦੇ ਭਾਅ ਜੀ ਪੈਸੇ ਪਾਕਿਸਤਾਨ 'ਚ ਜੀ ਸਿਰਫ ਥੀਏਟਰ ਦੇ ਐਕਟਰ ਨੂੰ ਦੇਣੇ, ਜੇ ਸੇਲ ਹੋ ਰਹੇ ਉਹਨਾਂ ਦੀ ਮਾਰਕੀਟ 'ਚ, ਸੈਕਿੰਡ ਲੈਂਗੁਏਜ ਪੰਜਾਬੀ ਹੋਣ ਲਈ